ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਗਮ ਵਿੱਚ ਬੀਤੇ ਦਿਨੀ ਪੰਜਾਬ ਸਰਕਾਰ ਤੇ SGPC ਵਿੱਚ ਸਾਂਝਾ ਪ੍ਰੋਗਰਾਮ ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਬਾਅਦ ਇੱਕ ਦੂਜੇ ਤੇ ਲਗਾਏ ਗਏ ਆਰੋਪਾਂ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸੁਲਤਾਨਪੁਰ ਲੋਧੀ ਪਹੁੰਚੇ, ਜਿੱਥੇ ਉਹਨਾਂ ਸੁਲਤਾਨਪੁਰ ਲੋਧੀ ਵਿੱਚ ਰਹਿਣ ਵਾਲੇ ਸੰਤ ਸਮਾਜ ਨੂੰ ਪੰਜਾਬ ਸਰਕਾਰ ਦੁਆਰਾ ਮਨਾਏ ਜਾ ਰਹੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦਾ ਦਿੱਤਾ। SGPC ਤੋਂ ਤਾਲਮੇਲ ਚੱਲ ਰਹੇ ਵਿਵਾਦ ਨਾਲ ਸੰਬੰਧਿਤ ਕੱਲ ਕੈਬਨਿਟ ਮੰਤਰੀ ਮੀਟਿੰਗ ਵਿੱਚ ਕੋਈ ਸਾਂਝਾ ਜਾਂ ਅਲੱਗ ਸਟੇਜ ਦਾ ਕੋਈ ਫੈਸਲਾ ਹੋ ਸਕਦਾ ਹੈ। SGPC ਤੋਂ ਤਾਲਮੇਲ ਦੇ ਚਲਦਿਆਂ ਵਿਵਾਦ ਨੂੰ ਲੈ ਕੇ ਮੀਟਿੰਗ ਵਿੱਚ ਕੋਈ ਸਾਂਝੀ ਜਾਂ ਅਲੱਗ ਸਟੇਜ ਬਣਾਉਣ ਦਾ ਫੈਸਲਾ ਹੋ ਸਕਦਾ ਹੈ, ਪਰ ਮੰਤਰੀ ਨੇ ਕਿਹਾ ਕਿ ਸਰਕਾਰ ਹੁਣ ਇਹ ਪ੍ਰਯਾਸ ਕਰ ਰਹੀ ਹੈ ਕਿ ਸਾਂਝਾ ਪ੍ਰੋਗਰਾਮ ਕੀਤਾ ਜਾਵੇ, ਪਰ ਅੱਗੇ SGPC ਦੀ ਮਰਜ਼ੀ ਹੈ। ਉਧਰ ਸੰਤ ਸਮਾਜ ਨੇ ਕੈਬਨਿਟ ਵੱਲੋਂ ਦਿੱਤੇ ਗਏ ਸੱਦੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਗਮ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਉਹਨਾਂ ਉਮੀਦ ਕਰਦੇ ਨੇ ਕਿ ਜਿਵੇਂ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਵਿਖੇ ਸਮਾਗਮ ਇੱਕ ਸਾਂਝੇ ਤੌਰ ਤੇ ਕੀਤਾ ਗਿਆ ਸੀ, ਉਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਮਾਗਮ ਵੀ ਸਾਂਝੇ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ। ਅੱਜ ਅਸੀਂ ਇੱਥੇ ਸੁਲਤਾਨਪੁਰ ਲੋਧੀ ਵਿਖੇ 550 ਸਾਲ ਜਿਹੜਾ ਗੁਰੂ ਸਾਹਿਬ ਦਾ ਮਨਾ ਰਹੇ ਹੈ, ਉਹਦੇ ਵਾਸਤੇ ਪੂਰੇ ਜਿੰਨੇ ਵੀ ਪ੍ਰਬੰਧ ਆ ਉਹ ਸਾਰਿਆਂ ਦਾ ਜਾਇਜ਼ਾ ਲੈਣ ਵਾਸਤੇ ਆਏ ਸੀ, ਅਤੇ ਉਹਦੇ ਵਿੱਚ ਅਸੀਂ ਸੰਤ ਸਮਾਜ ਦੇ ਕੁਛ ਮਹੱਤਵਪੂਰਨ ਜਿਹੜੇ ਕਿ ਬਹੁਤ ਹੀ ਉੱਚ ਕੁੱਟ ਕੇ ਸੰਤ ਹੈ, ਉਹਨਾਂ ਨੂੰ ਵੀ ਮੈਂ ਨਮਸਕਾਰ ਕਰਨ ਵਾਸਤੇ ਆਇਆ, ਅਤੇ ਉਹਨਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਜੀ, ਪੰਜਾਬ ਸਰਕਾਰ ਵੱਡੇ ਪੱਧਰ 'ਤੇ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾ ਰਹੀ ਹੈ, ਅਤੇ ਸਾਰੇ ਜਣੇ ਆਪਾਂ ਰਲ ਕੇ ਇਸ ਨੂੰ ਮਨਾਈਏ। ਸਰ, ਜਿਸ ਤਰ੍ਹਾਂ ਕੱਲ੍ਹ ਇੱਥੇ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ, ਅਤੇ ਕੀ ਮੰਨਿਆ ਜਾਵੇ ਇਹਦੇ ਵਿੱਚ ਕੋਈ ਅਲੱਗ ਸਟੇਜ ਦਾ ਕੋਈ ਮੁੱਦਾ ਵੀ ਹੈ, ਕੋਈ ਅਲੱਗ ਸਟੇਜ ਲਗਾਈ ਜਾਏਗੀ? ਨਹੀਂ, ਅਸੀਂ ਅਲੱਗ ਸਟੇਜ, ਕੋਈ ਵੱਖਰੀ ਸਟੇਜ ਨਹੀਂ, ਇੱਕ ਹੀ ਸਟੇਜ ਪੰਜਾਬ ਸਰਕਾਰ ਲਗਾ ਰਹੀ ਹੈ। ਉਹਦੇ ਵਿੱਚ SGPC ਦੇ ਪ੍ਰਧਾਨ ਸਾਹਿਬ ਪਹਿਲਾਂ ਉਹਦਾ ਸਾਰਾ ਨਿਰੀਖਣ ਕਰਕੇ ਸਟੇਜ ਦੇ ਪੂਰੇ ਚਾਰਟ 'ਤੇ ਦਸਤਖਤ ਕਰਕੇ ਗਏ ਹੈ, ਅਤੇ ਉਹ ਮੰਨ ਕੇ ਗਏ ਉਹ ਸਟੇਜ ਨੂੰ। ਹੁਣ ਜੇ ਅਕਾਲੀ ਦਲ ਕੋਈ ਵੱਖਰੀ ਸਟੇਜ ਲਾਉਂਦਾ ਤਾਂ ਉਹ ਅਕਾਲੀ ਦਲ ਦਾ ਹੋਏਗਾ। ਕੱਲ੍ਹ ਦੀ ਮੀਟਿੰਗ 'ਚ ਜਿਹੜੀ ਹੋ ਰਹੀ ਹੈ ਉਹ 'ਚ ਮੁੱਦਾ ਉੱਠ ਸਕਦਾ ਹੈ? ਨਹੀਂ, ਇਹ ਮੁੱਦਾ ਹੈ ਹੀ ਨਹੀਂ, ਕਿਉਂਕਿ ਆਲਰੇਡੀ ਸਰਕਾਰ ਨੇ ਤੈਅ ਕਰ ਚੁੱਕੀ ਹੈ SGPC ਦੇ ਨਾਲ ਕਿ ਜਿਹੜੀ ਸਟੇਜ ਹੋਏਗੀ, ਜੇ ਹੁਣ ਉਹ ਵੱਖਰੀ ਲਾਉਂਦੇ ਤਾਂ ਉਹਨਾਂ ਦਾ ਕੰਮ ਹੋਏਗਾ। ਅੱਛਾ ਜੀ, ਇੱਕ ਆਖਰੀ, ਅੱਜ ਤੁਸੀਂ ਸੱਦਾ ਪੱਤਰ ਦੇਣ ਆਏ ਹੋ, ਸੰਤ ਸੀਚੇਵਾਲ ਤੁਹਾਨੂੰ ਵੀ ਸੱਦਾ ਪੱਤਰ ਦਿੱਤਾ ਗਿਆ? ਸੀਚੇਵਾਲ ਸਾਹਿਬ ਨੂੰ ਹਰ ਗੱਲ ਦੇ ਵਿੱਚ ਨਾਲ ਰੱਖਿਆ ਜਾ ਰਿਹਾ। ਅਲੀ ਪਾਂਤ, ਪਤਾ ਹੈ ਕਿ ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਵੱਲੋਂ ਸਰਦਾਰ ਚਰਨਜੀਤ ਚੰਨੀ ਨੂੰ ਕਿ ਆਪਣੇ ਵੱਲੋਂ ਭੇਜਿਆ ਗਿਆ ਸੀ ਕਿ ਉਹਨਾਂ ਨਾਲ ਇਹ ਵਿਚਾਰ ਕੀਤੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੇ ਸੰਸਾਰ 'ਤੇ ਏਕਤਾ ਦਾ ਪੈਗਾਮ ਦਿੱਤਾ ਹੈ, ਉਹਨਾਂ ਦੇ ਦਿਨ ਦੇ ਉੱਤੇ ਸਾਰਿਆਂ ਨੂੰ ਰਲ ਕੇ ਇੱਕ ਸਟੇਜ 'ਤੇ ਇਹ ਪਵਿੱਤਰ ਗੁਰਪੁਰਬ ਮਨਾਉਣਾ ਚਾਹੀਦਾ, ਤਾਂ ਜੋ ਸਾਰੇ ਸੰਸਾਰ ਨੂੰ ਗੁਰੂ ਨਾਨਕ ਸਾਹਿਬ ਦਾ ਜਿਹੜਾ ਏਕਤਾ ਦਾ ਸਿਧਾਂਤ ਆ ਉਹ ਪਹੁੰਚਾਇਆ ਜਾ ਸਕੇ। ਇਹ ਸਾਰਿਆਂ ਨੂੰ, ਸਮੁੱਚੇ ਪੰਥ ਨੂੰ, ਸਮੁੱਚੇ ਜਥੇਬੰਦੀਆਂ ਨੂੰ, ਸਰਕਾਰ ਨੂੰ ਵੀ, ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਇੱਕ ਸਟੇਜ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾ ਕੇ ਏਕ ਪਿਤਾ ਏਕ ਸਕੇ ਹਮ ਬਾਰਕ ਔਰ ਅੱਬਲ ਅਲਹ ਨੂਰ ਉਪਾਇਆ
ਕੁਦਰਤ ਕੇ ਸਭ ਬੰਦੇ। ਬਾਬਾ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਕਿ ਇੱਕ ਸਟੇਜ ਲੱਗੇ ਦੋਨਾਂ ਨੂੰ ਰਲ ਮਿਲ ਕੇ ਤਾਲਮੇਲ ਦਾ ਕੰਮ ਹੋਣਾ ਚਾਹੀਦਾ, ਲੇਕਿਨ ਜੋ ਲੱਗ ਰਿਹਾ ਵਾ ਅਟਕਲਾਂ ਚੱਲ ਰਹੀਆਂ ਵਾ ਕਿ ਸ਼ਾਇਦ ਇਹ ਸਟੇਜ ਵੀ ਅਲੱਗ ਅਲੱਗ ਕਰ ਲੈਣ, ਤਾਂ ਕੀ ਚਾਹੀਦਾ ਇਹਦੇ ਵਿੱਚ, ਕੀ ਹੋਣਾ ਚਾਹੀਦਾ ਤੁਹਾਡੀ, ਕੀ ਆਪਣੀ ਭਾਵਨਾ? ਅਸੀਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਜੀ ਨੂੰ ਫੋਨ ਲਾਇਆ ਸੀ, ਸੰਪਰਕ ਨਹੀਂ ਹੋ ਸਕਿਆ। ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਸਾਡੇ ਪ੍ਰਮੁੱਖ ਆ ਅਤੇ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸੋ ਉਹ ਰਲ ਮਿਲ ਕੇ ਵਿਚਾਰ ਕਰਕੇ ਸਾਰੀਆਂ ਧਿਰਾਂ ਨੂੰ ਆਪਣੇ ਪ੍ਰਭਾਵ ਨੂੰ ਸਹਿਮਤ ਕਰਕੇ।